ਰਾਈਟ ਜੀ। ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 ਆਕਲੈਂਡ ਨਿਊਜ਼ੀਲੈਂਡ ਤੋਂ ਲਾਈਵ ਦੇਖ ਰਹੇ ਹੋ ਤੁਸੀਂ। ਐਟਲੀਸਟ ਅਸੀਂ ਐਗਜ਼ੀਬਿਸ਼ਨ ਦੇ ਵਿੱਚ ਪਹੁੰਚ ਗਏ ਹਾਂ ਜਿੱਥੇ ਕਿ 100 ਸਾਲ ਦੀ ਤਾਰੀਖ ਜਿਹੜੀ ਹੈ ਜਿਹਨੂੰ ਕਿ ਮਸਕ ਕਰਕੇ ਫਾਈਲਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਬ੍ਰਿਟਿਸ਼ ਸਰਕਾਰ ਵੱਲੋਂ, ਉਸ ਰਿਕਾਰਡ ਨੂੰ ਲੈ ਕੇ ਅਸੀਂ 100 ਸਾਲ ਬਾਅਦ ਪੰਜਾਬ ਕੀ ਪੂਰੇ ਸਬਕੋਂਟੀਨੈਂਟ ਦੀ ਤਾਰੀਖ ਦੇ ਵਿੱਚ ਇਹ ਰਿਕਾਰਡ ਪਹਿਲੇ ਕਦੀ ਕਿਸੇ ਸਾਹਮਣੇ ਨਹੀਂ ਆਇਆ। ਠੀਕ ਹੈ ਜੀ, ਔਰ ਇਹ ਉਪਰਾਲਾ ਕੀਤਾ ਜਾ ਰਿਹਾ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਲਾਈਵ ਦੇਖ ਰਹੇ ਹੋ। ਆਓ ਚੱਲਦੇ ਹਾਂ ਕਿ ਅੰਦਰ ਹੁੰਮ ਹੁਮਾ ਕੇ ਪੰਜਾਬੀ ਜਿਹੜੇ ਪਹੁੰਚੇ ਹੋਏ ਨੇ ਔਰ ਇਸ ਐਗਜ਼ੀਬਿਸ਼ਨ ਨੂੰ ਦੇਖ ਰਹੇ ਨੇ, ਅਤੇ ਅਸੀਂ ਵੀ ਦੇਖਦੇ ਹਾਂ। ਆਓ ਜੀ, ਜੀ ਐਗਜ਼ੀਬਿਸ਼ਨ ਜਿਹੜੀ ਉਹ ਜਾਰੀ ਹੈ ਔਰ ਤੁਸੀਂ ਦੇਖੋ ਕਿ ਲੋਕ ਕਾਫੀ ਜ਼ਿਆਦਾ ਪਹੁੰਚੇ ਹੋਏ ਨੇ ਐਗਜ਼ੀਬਿਸ਼ਨ ਦੇ ਅੰਦਰ ਔਰ ਕਾਫੀ ਇੱਥੇ ਰਸ਼ ਹੈ ਐਗਜ਼ੀਬਿਸ਼ਨ ਦੇ ਵਿੱਚ। ਫਸਟ ਟਾਈਮ ਇਨ ਹਿਸਟਰੀ ਸ਼ੁਏਬ ਰਜ਼ਾ ਸਾਹਿਬ, ਪ੍ਰੋਫੈਸਰ ਸ਼ੁਏਬ ਰਜ਼ਾ, ਡੇਰਾ ਗਾਜ਼ੀ ਖਾਨ ਯੂਨੀਵਰਸਿਟੀ ਦੇ ਰਜਿਸਟਰਾਰ, ਖਾਲਿਦ ਸਾਹਿਬ ਪਾਕਿਸਤਾਨ ਹੈਰੀਟੇਜ ਕਲੱਬ ਤੋਂ, ਫਿਰ ਸ਼ੇਰਾਜ਼ ਅਹਿਮਦ ਪਾਕਿਸਤਾਨ ਹੈਰੀਟੇਜ ਕਲੱਬ ਤੋਂ, ਮਕਸੂਦ ਅਹਿਮਦ ਪਾਕਿਸਤਾਨ ਹੈਰੀਟੇਜ ਕਲੱਬ ਤੋਂ, ਇਹ ਸਾਰੇ ਸਕਾਲਰਸ ਜਿਹੜੇ ਨੇ ਕਿਉਂ ਪਹੁੰਚੇ ਨੇ ਇੱਥੇ ਔਰ ਸਿਰਫ ਇਸ ਚੀਜ਼ ਨੂੰ ਦੇਖਣ ਵਾਸਤੇ? ਗਵਰਨਮੈਂਟ ਆਫ ਪੰਜਾਬ ਵੱਲੋਂ, ਠੀਕ ਹੈ ਜੀ, ਐਗਜ਼ੀਬਿਸ਼ਨ 100 ਈਅਰਸ ਆਫ ਦੀ ਜਲਿਆਂਵਾਲਾ ਬਾਗ ਮਸਕੇਅਰ, ਮਾਰਸ਼ਲ ਲਾਅ ਆਫ ਪੰਜਾਬ, ਰੋਲ ਟੈਕਟ ਆਫ 1919, ਠੀਕ ਹੈ ਜੀ, ਔਰ ਉਹ ਪੇਪਰਸ ਨੇ ਜਿਹੜੇ ਕਿ ਫਸਟ ਐਵਰ ਹਿਸਟਰੀ ਦੇ ਵਿੱਚ ਜਿਹੜੇ ਸਾਹਮਣੇ ਆ ਰਹੇ ਨੇ। ਦੱਸਿਆ ਤਾਂ ਇਹੀ ਜਾਂਦਾ ਸਿਰਫ ਮਾਰਸ਼ਲ ਲਾਅ ਔਰ ਸਾਰਾ ਕੁਝ ਜਿਹੜਾ ਸੀ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਹੋਇਆ ਸੀ, ਲੇਕਿਨ ਇੰਝ ਨਹੀਂ ਹੈ। ਇਹ ਤੁਸੀਂ ਦੇਖੋ, ਇਹ ਰਿਕਾਰਡ ਜਿਹੜਾ ਫਸਟ ਟਾਈਮ ਦੀਜ਼ ਆਰ ਦਾ ਰੀਅਰ ਡਾਕੂਮੈਂਟਸ ਅਬਾਊਟ ਆ ਮਸਕੇਅਰ ਆਫ ਆ ਜਲਿਆਂਵਾਲਾ ਬਾਗ, 100 ਸਾਲ ਬਾਅਦ ਪੰਜਾਬ ਦੀ ਤਾਰੀਖ ਜਿਹੜੀ ਹੈ ਉਹਨੂੰ ਖੋਲਿਆ ਗਿਆ, ਜਿਹਨੂੰ ਕਿ ਪਲਤੇ ਬੰਦ ਕਰਕੇ ਰੱਖੇ ਗਏ ਸਨ। ਥੋੜ੍ਹਾ ਜਿਹਾ ਉਰੇ ਮੂਵ ਕਰੋ।
details. ਜੀ ਬਹੁਤ ਹੀ ਵੱਡੀ ਕਹਿ ਲਵੋ ਤੁਸੀਂ ਤਾਦਾਦ ਦੇ ਵਿੱਚ ਪਹਿਲੀ ਵਾਰੀ ਇਹ ਪੇਪਰ ਸਾਹਮਣੇ ਆਏ ਨੇ ਜਿਹੜੇ ਕਿ ਤਵਾਰੀਖ ਦੇ ਵਿੱਚ ਪਹਿਲੇ ਕਦੀ ਵੀ ਖੋਲ੍ਹੇ ਨਹੀਂ ਸੀਗੇ ਨਾ ਹੀ ਕਿਸੇ ਨੂੰ ਦੱਸਿਆ ਗਿਆ ਸੀ ਕਿ ਵੀ ਇਹ ਪੇਪਰਸ ਜਿਹੜੇ ਨੇ ਕਿਉਂਕਿ ਦਿੱਲੀ ਸਰਕਾਰ ਦਾ ਸਾਰਾ ਰਿਕਾਰਡ ਲਾਹੌਰ ਦੇ ਵਿੱਚ ਨਾਭਾ ਸਟੇਟ ਦਾ ਸਾਰਾ ਲਾਹੌਰ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਬਠਿੰਡਾ ਔਰ ਜਲੰਧਰ ਤਮਾਮ ਰਿਕਾਰਡ ਜਿਹੜਾ ਉਹ ਤੁਸੀਂ ਹੈਰਾਨ ਹੋਵੋਗੇ ਕਿ ਲਾਹੌਰ ਆਰਕਾਈਵ ਕੋਲ ਪਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਦੀ ਜਿਹੜਾ ਕਿ ਡੇਲੀ ਜਿਹਨੂੰ ਕਿ ਕਿਹਾ ਜਾਂਦਾ ਹੈ ਦਰਬਾਰੇ ਖਾਲਸਾ ਅਖਬਾਰੇ ਲਾਹੌਰ ਦੇ ਮੁਤਲਕ ਜਿਹੜੀ ਗੱਲ ਕੀਤੀ ਜਾਂਦੀ ਹੈ ਉਹ ਵੀ ਲਾਹੌਰ ਆਰਕਾਈਵ ਦੇ ਵਿੱਚ ਪਿਆ ਹੋਇਆ ਜਿਹਦੇ 750 ਬੰਦ ਬਸਤੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਮੈਂ ਥੋੜ੍ਹੇ ਦਿਨਾਂ ਬਾਅਦ ਕਰਾਂਗਾ ਔਰ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਅਸੀਂ ਲੈ ਕੇ ਆਈਏ ਸਾਹਮਣੇ ਜਿਹੜੀਆਂ ਕਿ ਚੀਜ਼ਾਂ ਜਿਹੜੀਆਂ ਸਨ ਪਹਿਲੇ ਐਕਸਪਲੋਰ ਨਹੀਂ ਹੋਈਆਂ ਹੁਣ ਅਗਰ ਤੁਸੀਂ ਦੇਖਦੇ ਹੋ ਅਤੇ ਬਹੁਤ ਜ਼ਿਆਦਾ ਸਾਰੀਆਂ ਗਿਣਤੀ ਜਿਹੜੀ ਹੈ ਐਸੀਆਂ ਚੀਜ਼ਾਂ ਦੀ ਹੈ ਵਿੱਚ ਜਿਹੜੀਆਂ ਕਿ ਆਲਰੇਡੀ ਕਦੇ ਵੀ ਡਿਸਕਵਰ ਨਹੀਂ ਹੋਈਆਂ ਕਦੇ ਵੀ ਸਾਹਮਣੇ ਨਹੀਂ ਆਈਆਂ ਸਰ ਅਸਲਾਮ ਵਾਲੇਕੁਮ ਸਰ ਆਪ ਲਾਈਵ ਹੈ ਜੀ ਰੇਡੀਓ ਸਾਡੇ ਵਾਲਾ ਨਿਊਜ਼ੀਲੈਂਡ ਆਕਲੈਂਡ ਸੇ ਤੋ ਕਿਆ ਕਹਿਣਾ ਚਾਹੇਂਗੇ ਜੀ ਇਹ ਫਸਟ ਟਾਈਮ ਵੈਸੇ ਐਵਰ ਹਿਸਟਰੀ ਮੈਂ ਤਾਂ ਸਟੂਡੈਂਟ ਹੂੰ ਇੱਕ ਹਿਸਟਰੀ ਕਾ ਤੋ ਮੁਝੇ ਬੜਾ ਜ਼ਬਰਦਸਤ ਲੱਗਾ ਕਿ ਇਹ ਆਪਕੀ ਆਪਕੀ ਸਰਬਰਾਹੀ ਮੈਂ ਇਹ ਕਾਮ ਜੋ ਹੈ ਵੋ ਪਾਇਆ ਤਕਮੀਲ ਤੱਕ ਪਹੁੰਚਾ ਤੋ ਕਿਆ ਕਹੇਂਗੇ ਆਪ ਕਿਆ ਮੈਸੇਜ ਦੇਣਾ ਚਾਹੇਂਗੇ ਆਜ ਕੇ ਦਿਨ ਪਰ ਬਿਸਮਿਲ੍ਲਾ ਰਹਿਮਾਨ ਰਹੀਮ ਸਭਸੇ ਪਹਿਲੇ ਸ਼ਾਹਿਦ ਸਾਹਿਬ ਮੈਂ ਆਪਕਾ ਔਰ ਆਪਕੀ ਟੀਮ ਕਾ ਮਸ਼ਕੂਰ ਹੂੰ ਕਿ ਆਲ ਦਾ ਵੇ ਫਰੋਮ ਰਾਵਲ ਪਿੰਡੀ ਆਪ ਇਸ ਐਗਜ਼ੀਬਿਸ਼ਨ ਮੈਂ ਤਸ਼ਰੀਫ ਲਾਏ ਔਰ ਇਸਕੀ ਜੋ ਗਰਜ਼ ਹੋ ਗਏ ਥੇ ਔਰ ਅਫਾਦੀਅਤ ਹੈ ਉਸਕੋ ਆਪ ਵਰਲਡ ਓਵਰ ਹਰ ਜਗ੍ਹਾ ਪੇ ਇਸਕੋ ਪ੍ਰੋਜੈਕਟ ਕਰ ਰਹੇ ਇਸਮੇ ਸਭਸੇ ਬੁਨਿਆਦੀ ਜੋ ਬਾਤ ਜੋ ਹਮਾਰੇ ਜ਼ਿਹਨ ਮੇਂ ਥੀ ਗਵਰਨਮੈਂਟ ਕੇ ਜ਼ਿਹਨ ਮੇਂ ਥੀ ਔਰ ਜੋ ਇੱਕ ਵਿਜ਼ਨਰੀ ਲੀਡਰਸ਼ਿਪ ਹੈ ਹਮਾਰੀ ਇਸ ਵਕਤ ਉਸਕੇ ਐਨ ਜੋ ਉਨਕੀ ਜੋ ਥਿੰਕਿੰਗ ਹੈ ਉਸਕੇ ਮੁਤਾਬਿਕ ਹਮਨੇ ਯੇ ਇੱਕ ਆਪਣੀ ਤਰਫ ਸੇ ਇੱਕ ਐਫਰਟ ਕੀਆ ਹੈ ਕਿ ਜੋ ਇਸ ਤਰ੍ਹਾਂ ਕੇ ਰੇਅਰ ਡਾਕੂਮੈਂਟਸ ਹੈ ਜੋ ਸ਼ਾਇਦ ਦੁਨੀਆ ਮੇਂ ਕਹੀਂ ਔਰ ਮੌਜੂਦ ਨਹੀਂ ਹੈ ਉਨ ਡਾਕੂਮੈਂਟਸ ਕੋ ਪਿਓਰਲੀ ਐਂਡ ਸਕੁਅਰਲੀ ਫਰੋਮ ਦੀ ਪੁਆਇੰਟ ਆਫ ਵਿਊ ਆਫ ਪ੍ਰਮੋਟਿੰਗ ਪੈਟਰੀਟਿਜ਼ਮ ਇਨ ਦੀ ਯੰਗਰ ਔਰ ਯੰਗੈਸਟ ਜਨਰੇਸ਼ਨ ਆਫ ਪਾਕਿਸਤਾਨ ਉਸਕੇ ਲੀਏ ਇਨਕੋ ਸਾਹਮਣੇ ਲੈ ਕੇ ਆਇਆ ਜਾਏ ਔਰ ਵਿਦ ਦੀ ਗ੍ਰੇਸ ਆਫ ਗੋਡ ਜੈਸੇ ਆਪ ਦੇਖ ਰਹੇ ਹੈ ਕਿ ਮੁਖਤਲਿਫ ਸੈਕਸ਼ਨ ਆਫ ਦੀ ਸੋਸਾਇਟੀ ਥਿੰਕਰਸ ਰੀਸਰਚਰਸ ਔਰ ਆਪਣੇ ਮੈਨ ਆਫ ਲੈਟਰ ਵੀ ਦੇਖੇ ਖਾਸ ਤੌਰ 'ਤੇ ਫੀਮੇਲਸ ਕਾ ਪਾਰਟੀਸਪੇਟ ਕਰਨਾ ਬੜਾ ਖੁਸ਼ਾਇੰਦ ਹੈ ਕਿ ਜਿਨ੍ਹਾਂ ਨੇ ਬੱਚੋਂ ਕੋ ਆਗੇ ਪੜ੍ਹਾਉਣਾ ਹੈ ਔਰ ਬਤਾਨਾ ਹੈ ਖਾਸ ਕਰ ਬੇਸ਼ੱਕ ਜੀ ਬੇਸ਼ੱਕ ਔਰ ਇਸ ਯੇ ਹਮਾਰੀ ਜੋ ਐਗਜ਼ੀਬਿਸ਼ਨ ਹੈ ਇਹ ਪੂਰਾ 1 ਵੀਕ 26th ਆਫ ਅਪ੍ਰੈਲ ਤੱਕ ਜਾਰੀ ਰਹੇਗੀ ਔਰ ਇਸ ਮੇਂ ਮੈਂ ਇਨਵਾਈਟ ਕਰਤਾ ਹੂੰ ਜੋ ਯਹਾਂ ਪੇ ਲਾਹੌਰ ਮੇਂ ਲੋਕ ਮੌਜੂਦ ਹੈ ਯਾ ਉਸਕੇ ਇਲਾਵਾ ਲਾਹੌਰ ਸੇ ਬਾਹਰ ਜੋ ਲੋਕ ਮੌਜੂਦ ਹੈ ਵੋ ਇਸਕੋ ਆ ਕੇ ਦੇਖੇ ਔਰ ਯੇ ਰੇਅਰ ਡਾਕੂਮੈਂਟਸ ਹੈ ਔਰ ਡੈਫੀਨੇਟਲੀ ਆਪਕਾ ਇੱਕ ਲੈਵਲ ਆਫ ਬਿਲੀਫ ਇਨ ਦਿਸ ਮਦਰਲੈਂਡ ਵੋ ਮੇਰਾ ਖਿਆਲ ਹੈ ਮੈਨੀ ਫੋਲਡ ਬੜ ਜਾਏਗਾ ਇਨ ਡਾਕੂਮੈਂਟਸ ਕੋ ਦੇਖ ਕੇ ਥੈਂਕ ਯੂ ਸੋ ਮਚ ਆਫ ਯੂ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਸੀਂ ਫਰਦਰ ਵੀ ਜਿਹੜਾ ਪੰਜਾਬ ਦੇ ਮੁਤਲਕ ਜਿਹੜੇ ਰੇਅਰ ਡਾਕੂਮੈਂਟਸ ਨੇ ਜਿਨ੍ਹਾਂ ਦਾ ਮੈਂ ਅਕਸਰ ਮੈਨੂੰ ਤਾਂ ਰਾਤ ਨੂੰ ਵੀ ਖੁਆਬ ਦੇ ਵਿੱਚ ਵੀ ਉਹ ਖੁਆਬ ਦੇ ਵਿੱਚ ਵੀ ਆਉਂਦੇ ਨੇ 750 ਬੰਦ ਬਸਤਾ ਜਿਹੜਾ ਹੈ ਦਰਬਾਰੇ ਖਾਲਸਾ ਅਖਬਾਰੇ ਲਾਹੌਰ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਉਹ ਤੁਸੀਂ ਥੋੜ੍ਹਾ ਜਿੰਨਾ ਉਹਦੇ ਮੁਤਲਕ ਦੱਸੋਗੇ ਬਹੁਤ ਜ਼ਿਆਦਾ ਸਾਰੇ ਅਕਾਊਂਟ ਖੁੱਲ੍ਹੇ ਹੋਏ ਨੇ ਲੋਕ ਬੜਾ ਕੁਝ ਸ਼ੇਅਰ ਕਰ ਰਹੇ ਨੇ ਲੇਕਿਨ ਉਹ ਤਾਂ ਰਿਕਾਰਡ ਜਿਹੜਾ ਦਰਬਾਰੇ ਖਾਲਸਾ ਦਾ ਉਹ ਤਾਂ ਸਾਰਾ ਕੁਝ ਤੁਹਾਡੇ ਕੋਲ ਪਿਆ ਹੋਇਆ ਜੀ ਇਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਅਬ ਉਹ ਜੋ ਰੈਕਰਡ ਹਮਾਰੇ ਪਾਸ ਓਰਿਜਨਲ
اور میں یہ بھی آپ سے شیئر کر لوں کہ وہ بالکل اپنی اصل حالت میں اور ہمارے پاس اوریجنل شیپ میں بالکل محفوظ ہے. اس کو ہم فیومیگیشن اور اس کے جو پروٹوکولز ہیں وہ ریگولرلی ہم اس کے اوپر کام کرتے رہتے ہیں. میری جو ٹیم ہے آرکائیوز کے جو لوگ ہیں وہ بالکل سیف ہیں, ہر طرح سے سیف ہیں. جہاں تک آپ یہ کہہ رہے ہیں ان کی پروجیکشن کا, وہ بالکل وہ پارٹ آف دس پروگرام ہے, اس کو بھی انشاءاللہ ہم سامنے لے کے آئیں گے اور اس کو بھی پروجیکٹ کریں گے. لیکن سر یہ جو دربار خالصہ کے متعلق بہت زیادہ ساری چیزیں کہی جاتی ہیں کہ ریکارڈ نئے نئے سامنے آتے ہیں, تو مجھے آپ یہ بتائیں کہ وہ آج تک خطے شکستہ تو پڑھا نہیں گیا پوری دنیا میں کہیں بھی بلکہ ریکارڈ تو آپ کے پاس ہے, تو یہ پھر یہ ٹرانسلیشن اور یہ دربار خالصہ کے متعلق روز ایک نئی کہانی جو ہے باہر نکلتی ہے, لوگ پوسٹ کرتے ہیں, تو وہ اس کا سورس کیا ہے؟ اس میں وہی میں عرض کر رہا ہوں نا کہ بنیادی طور پہ جب ایک ریسرچر جو پروفیشنل ریسرچر ہے اس کے اوپر یہ فرض عین ہوتا ہے کہ وہ سب سے پہلے جب بھی کوئی ریسرچ ڈاکومنٹ یا ٹرانسلیشن اس طرح کی سامنے لے کے آئے تو سورس بتائے. اور جب اس طرح کے ڈاکومنٹس کے اگر آپ سورسز پہ جائیں گے وہ آپ کو اوتھینٹک نہیں نظر آئیں گے. اگر سورس اوتھینٹک ہے تو ریسرچ جینوئن ہے. اگر کسی نے فار دی پرپز آف پروجیکٹنگ ہم سیلف یا اپنے کسی چیز کو اپنے مرضی کے مطابق سامنے لے کے آنا ہے تو اس کے اوپر تو کوئی کمنٹس نہیں دیا جا سکتا. بالکل سر, سر بہت شکریہ, تھینک یو, آپ نے ٹائم دیا. اور خاص طور پہ ہم نے اسپیشلی آپ نے پاکستان ہیریٹیج کلب کی ٹیم کو, ریڈیو سڑیالا کی ٹیم کو جو آپ نے یہاں پر انوائٹ کیا, ہم تہ دل سے آپ کا شکر گزار ہیں. اور بڑا مزہ آ رہا ہے, بڑا اچھا لگ رہا ہے ابھی ڈیٹیل سے یہ سارے ڈاکومنٹس ہم نے دیکھنے ہیں. فی الحال تو ہم اپنے ناظرین کو دکھا رہے ہیں جو کہ سات سمندر پار بیٹھے ہوئے اس کا ویٹ کر رہے تھے. جی بالکل, جلیانوالا باغ کے حوالے سے کبھی بھی پاکستان کی طرف سے کوئی بھی کسی قسم کا ایونٹ, جس طرح کہ آپ نے لاسٹ ایئر سردار بھگت سنگھ کے بارے میں جو ایک پروگرام کیا تھا اور جو ریئر ڈاکومنٹس آپ سامنے لے کر آئے تھے وہ پوری دنیا میں پہلے کسی کے پاس نہیں تھے. تو اسی طرح کوشش کریں گے سر آپ کے ساتھ مل کے کہ مزید اس طرح کے پروگرام جو ہیں ان کو آرگنائز کیا جائے اور سامنے لے کے آیا جائے ان چیزوں کو, ایسے ڈاکومنٹس کو جو کہ ہماری ایک ورثہ ہے اور ہماری پہچان. انشاءاللہ سر, تھینک یو, بہت شکریہ جی. ونس اگین جی, تھینک یو ویری مچ, سو نائس آف یو. ਇਹ ਸਨ ਜੀ ਸਾਡੇ ਆਪਣਾ ਪੰਜਾਬ ਆਰਕਾਈਵ ਡਿਪਾਰਟਮੈਂਟ ਦੇ ਜਿਹੜੇ ਨੇ ਸੈਕਟਰੀ ਸਨ, ਔਰ ਇਹਨਾਂ ਕੋਲ ਇਹ ਸਾਰੀ ਮਾਲੂਮਾਤ ਜਿਹੜੀ ਕਿ ਇਸ ਵੇਲੇ ਸਾਹਮਣੇ ਲੱਗੀ ਹੋਈ ਹੈ ਦਰਬਾਰੇ ਖਾਲਸਾ ਅਖਬਾਰੇ ਲਾਹੌਰ ਦੇ ਮੁਤਲਕ ਵੀ ਜਿਹੜੀ ਹੈ ਗੱਲ ਉਹਨਾਂ ਨੇ ਕੀਤੀ ਹੈ ਜਿਹੜੀ ਕਿ ਇਸ ਤੋਂ ਪਹਿਲੇ ਕਦੀ ਵੀ ਤਾਰੀਖ ਦੇ ਵਿੱਚ ਸਾਹਮਣੇ ਨਹੀਂ ਆਈ ਹੈ. اچھا چکتائی صاحب, اب آپ سے بات کرنا چاہوں گا, بہت سے تو بات ہو گئی ہے, خاص طور پہ اس ریکارڈ کے پیچھے اکٹھا کرنے کے, مجھے تو شاید ناظرین کو ہمارے نہیں پتہ ہوگا لیکن مجھے پتہ ہے کہ آپ کی کتنی بڑی ایفرٹ ہے اس, خاص کر کے اس ریکارڈ کو سنبھالنے میں, وہ سامنے لے کر آنے میں. سر کیا کتنی کی مشکلات کا سامنا کرنا پڑا؟ مشکلات تو کوئی بھی نہیں تھیں. جب یہ 100 سالہ تقریبات پتہ چلا, 13 اپریل کو 100 سالہ تقریبات ہو رہی ہیں اس واقعے کو, جی سر, اور دنیا بھر میں اس کے اوپر لکھا بھی جا رہا تھا, اور ہم نے بھی فیصلہ کیا کہ جو پنجاب گورنمنٹ آرکائیوز میں جو مارشل لا کے حوالے سے اور جلیانوالا باغ کے حوالے سے جو ریکارڈ پڑا ہے اس کو تو آج تک کسی نے ہسٹورین نے دیکھا ہی نہیں ہے. اور اس واقعے کو یہ جو امرتسر میں ہوا اور اس کے بعد اصل میں کہانی بعد میں شروع ہوتی ہے. امرتسر کے واقعے کے بعد جو پنجاب میں مارشل لا لگتا ہے جس میں لاہور ہے, گجرانوالا ہے, گجرات ہے, لائل پور ہے اور لاہور کی تحصیل قصور, ان میں جو واقعات ہوتے ہیں, جو ہنگامے ہوتے ہیں اور ان کو کس طرح مارشل لا انتظامیہ نے بری طرح کچلا, اس میں طلباء وکلاء ان کو کسی طرح ذلیل کیا گیا اور عام لوگوں کے ساتھ کس طرح زیادتی ہوئی, ان کو کس طرح سزائیں دی گئیں, ان کو کوڑے مارے گئے, ان کو کالا پانی کی سزائیں دی گئیں, کسی کو سزائے موت دی گئی, اور یہ سارے واقعات یہ سارے ریکارڈ موجود ہیں. اور جو سب سے اہم چیز ہے کہ انہوں نے, یہ ہمارا ریکارڈ بتاتا ہے کہ انہوں نے انفارمیشن کو کس طرح
ہندوستان کے لوگوں تک جانے سے روکا اور کس طرح انہوں نے انفارمیشن کو جو برطانیہ میں لوگ تھے ان سے چھپایا اور کس طرح معلومات کو ہنٹر کمیشن جو اس کی انکوائری کے لیے آیا تھا اس سے چھپایا گیا اور یہ چیزیں جان بوجھ کر انہوں نے انفارمیشن ہنٹر کمیشن کو نہیں دی اصل حقائق کیا تھے اصل واقعات کیا ہوئے اور وہ سارے ہمارے ریکارڈ میں بتایا گیا ہے کہ اس نے کس طرح چھپائے اور کون کون سی معلومات دی گئیں اور اہم معلومات کس طرح چھپائی گئیں۔ سر یہ آج کی نمائش کے اندر جو ڈاکومنٹس ہیں ان کی تعداد کتنی ہے ٹوٹل؟ یہ جو ہم نے ڈسپلے کیا ہے یہ تو 67 ڈاکومنٹ ہیں لیکن یہ ایک بہت بڑی تعداد جو ریکارڈ کی ہے وہ ہمارے پاس موجود ہے سر اندازہ، اور وہ میں آپ کو بتا نہیں سکتا کہ کم از کم تھاؤزنڈ آف پیجز ہیں اور یہ اونلی فور جلیاں والا باغ اور مارشل لا اس کے بعد، ٹھیک ہے نا، یہ 5-6 ماہ کا یہ سارا پیریڈ ہے جس میں سارے یہ واقعات ہوتے ہیں۔ اور ہنٹر کمیشن جب آتا ہے لاہور میں اور ہنٹر کمیشن کی کاروائی کے بعد یہ جو ہے یہ 1920 تک یہ سارے سلسلے چلتے ہیں۔ اب بالکل سر ایک یہ بالکل اچھوتا میں کہوں گا کہ اپنے آپ میں ایک بالکل ڈفرینٹ کام جو کہ پاکستان کی تاریخ میں 72 ایئرس میں کبھی بھی یہ چیز سامنے نہیں آئی، لیکن یہ کس طریقے سے ایک دم سے جو ہے مطلب کہ یہ میں کہوں گا کہ ایک اویئرنیس جو ہے اسپیشلی اس کے اندر اضافہ میرا خیال ہوا ہے یا لوگوں کی ڈیمانڈ بڑھ گئی ہے یا آرکائیو ڈپارٹمنٹ کچھ اور چینج ہونا جا رہا ہے؟ دیکھیں کوشش کی جا رہی ہے کہ تاریخ کی تاریخی واقعات کو اور تاریخ کو صحیح معنوں میں لوگوں کے سامنے لایا جائے، اور جو ہمارے پاس ریکارڈ پڑے ہوئے ہیں ہم پنجاب گورنمنٹ آرکائیوز اسی لیے بنا تھا کہ ریسرچر اور اسٹوڈنٹس آ کے یہاں سے فائدہ اٹھائیں۔ جی سر، اس لیے ہمارے اوپر ذمہ داری بھی ہے کہ جو اصل ریکارڈ ہیں ان کو ہم وہ اسٹوڈنٹس آئیں ریسرچر آئیں وہ آ کے دیکھیں اور ان کے متعلق حقائق جو ہیں وہ لوگوں تک پہنچائیں۔ لیکن اس ریکارڈ میں جب ہم نے دیکھا کہ قائد اعظم محمد علی جناح، عام طور پہ لکھنے والوں نے کبھی جلیانوالا باغ کے حوالے سے ان کو اہمیت نہیں دی گئی، جی سر، لیکن جب ہم نے ریکارڈ دیکھا تو پتہ چلا کہ جب رولٹ ایکٹ جس کے خلاف یہ واقعہ ہوتا ہے یا جس کی وجہ سے یہ واقعہ ہوتا ہے، اور اس رولٹ ایکٹ کے میں جب قائد اعظم محمد علی جناح نے وائسرائے کی کونسل میں اپنی تقریر میں اس کی مخالفت کی، اور جب یہ ایکٹ پاس ہوا تو قائد اعظم نے وائسرائے کونسل کی جو ممبرشپ تھی اسے استعفیٰ دے دیا، اور یہ بہت بڑا قائد اعظم کا، اور انہوں نے پیشگوئی کی تھی کہ اگر آپ نے اس ایکٹ کو پاس کریں گے تو ہندوستان میں اس طرح کے ہنگامے ہوں گے کہ تاریخ میں ہندوستان کی تاریخ میں اس قسم کے ہنگامے، یہ انہوں نے اپنی تاریخ جو تقریر ہے لیجسلیٹو کونسل میں یہ الفاظ آپ وہاں سے دیکھ سکتے ہیں کہ آپ کو اس قسم کی مخالفت ہوگی اس ایکٹ کے پاس ہونے کے بعد کہ اس کی تاریخ میں کبھی آپ نے اس کے متعلق سنا نہیں ہوگا، اور وہ قائد اعظم کی جو پیشگوئی تھی وہ سچ ثابت ہوئی کہ چند دنوں کے بعد یہ امرتسر والا واقعہ جو ہے ہوا، اور جس میں جو 200-300 سے زیادہ لوگ مارے گئے، اور یہ واقعہ آغاز تھا اور اس کے بعد جو ہنگامے ہوئے لاہور میں اور گجرانوالا گجرات قصور اور لائل پور کے اندر 1000 ہو گئی پھر، اور ان کی تعداد تو بہت زیادہ ہے انشاءاللہ 1000 سے بھی اوپر چلی جاتی۔ سر تھینک یو جی، ڈائریکٹر آرکائیو پنجاب چگتائی صاحب ہمارے ساتھ ہے جی، یہ بہت ہی زبردست آدمی ہیں، انہوں نے کبھی بھی کوئی اسٹوڈنٹ کسی کو واپس نہیں جانے دیا کسی کو بھی بغیر ریسرچ، ایون دین ہم فرسٹ ٹائم پہلی میٹنگ کے اندر ان کے پاس پہنچے تھے تو دربار خالصہ کا جو ریکارڈ ہے انہوں نے تمام بستے ہمیں کھول کے دکھا دیے کہ یہ آپ کا جو پیشن ہے یہ جنون ہے، لیکن پھر ایک مرتبہ کہوں گا یہاں پر میں آپ کو کہ وہ آج تک ٹرانسلیٹ نہیں ہوئے۔ اگر کوئی بندہ کہتا ہے کہ دربار خالصہ کا ریکارڈ جو ہے وہ اس کے پاس ہے تو وہ صرف اور صرف ان صاحب کے پاس ہے جو کہ لاہور آرکائیو ڈپارٹمنٹ اور جو ٹامب آف انارکلی جو ہے انارکلی کے مقبرے کے اندر موجود ہے۔ ہمارے پاس خالصہ دربار کے ریکارڈ جو 1799 سے شروع ہو جاتے ہیں اور 1849 تک، مثلا رنجیت سنگھ کا پیریڈ، اس کے بعد کھڑک سنگھ، شیر سنگھ اور دلیپ سنگھ، یہ سارے آفیشیل ریکارڈ جو انگریزوں کو لاہور قلعے سے ملے جب انہوں نے قبضہ کیا، تو یہ سارے اوریجنل ریکارڈ رنجیت سنگھ انتظامیہ کے جو کہ یہ ہمارے پاس موجود ہیں، اور یہ نہ صرف ملٹری ریکارڈ ہیں بلکہ
ये जो रेवेन्यू रिकॉर्ड भी है और जनरल रिकॉर्ड भी हैं, ये दरबार खालसा के और दरबार की डेली एक्टिविटी की रिपोर्ट भी हमारे पास मौजूद है, जो कि रणजीत सिंह पीरियड से शुरू होती है और दिलीप सिंह पीरियड तक आती है, कि दरबार में रोज़ाना की एक्टिविटी के वो सुबह महाराजा से सुबह की लेके रात तक की एक्टिविटीज़ वो सारी रिकॉर्ड की हुई है और तमाम पर्शियन जबान में है। और बहुत जल्द हम इसके ऊपर लिए हम एक कैटलॉग जो महाराजा की थी रिकॉर्ड है इसकी एक कैटलॉग हम शाया करने जा रहे हैं और इंशाल्लाह जो खालसा दरबार के जो रिकॉर्ड हैं इसको भी नुमाइश के लिए हम पहली दफ़ा पेश करेंगे। और जनाब दैट्स वेरी गुड न्यूज़ तुहाडे सारिआं वास्ते, एक मैं कहांगा कि बहुत ही चंगी न्यूज़ है जिहड़ी कि दरबारे सरकारे खालसा दे मुतलक जिहड़ी गल आई है जिहदे पिछे लैके मैं तकरीबन पिछले 7 to 10 साल हो गए ने मैनू जिहड़ा मैं एफर्ट्स कर रहा वां। असी रेडियो साढ़ेवाला ते भी सिर्फ इहदे वास्ते ही इकट्ठे होए हाँ कि किसे तरीके नाल जिहड़ा खालसा हिस्टरी जिहड़ी है, पंजाब दी हिस्टरी है, सांझीवालता जिहड़ी है साडी, वह हिस्टरी नूं असी इकट्ठा करके किसी तरीके नाल सामने लै आईए। तो वह अज डायरैक्टर आकाइव ने भी और सैकटरी आकाइव ने भी कहा कि असी उहदे ते काम शुरू कर दिता और बहुत जल्द पूरी तो ट्रांसलेशन नहीं है लेकिन उहदी कैटलॉग जिहड़ी है खाली कैटलॉग 750-750 बस्ते की बन जाए तो वह भी बहुत वड्डी गल है। तुसीं इह सारा उपरला देख रहे हो रेडियो साढ़ेवाला 87.8 ऑकलैंड न्यूजीलैंड तो और मैं हाँ तुहाडा अपना होस्ट बाबा जी शाहिद शबीर। कीप वॉच, असी तुहानूं दिखा रहे हाँ और वह रिकॉर्ड दिखा रहे हैं जिहड़ा कि रेयर रिकॉर्ड है दरबार लाहौर तो, यानी कि समझ लो कि दिल्ली तो, अमृतसर तो, फिरोजपुर तो, बठिंडे तो, जिते भी कोई ईवेंट होया जलियांवाला बाग तो बाद 1000 लोग जड़े सन शहीद हुए उन्हां दी शहीदियां दे बारे जिहड़ी पूरी पूरी रिपोर्ट्स, किन्ने फंड्स जारी किए गए, किन्नियां किन्नियां गोलियां, किन्ने किन्ने किन्नूं बारूद दिए गए, किथे किथे कंट्रोल करन वास्ते किस किस तरीके नाल मार्शल ला लगा, यह सारे डॉक्यूमेंट्स उस चीज़ के एविडेंस में देखो जी। ठीक है जी, ये देखो तुसी फर्स्ट पेज 11 अप्रैल 1919 फ्रैंक जॉनसन जल्दी करो एक मिनट सैकटरी साहब नूं असीं दे के तो फिर हाँ जी जी अपनी टीम को असीं बकायदा तौर दे उत्ते साढ़े बहुत ही जिहड़े लोग कॉन्शियस ने हिस्टरी दे बारे च उस समय चलो पैनल पे सारे अपने आ जाओ जी बंदे अपना अपना मनान साहब उन्होंने भी बुलाओ शेर साहब ने भी उठे यह लिखा है जी नोटिस गवर्नमेंट के पास कई तरीके के मुख्तलिफ तादाद और उनके मुख्तसिन अशकास जो कि 13 अप्रैल को जलियांवाला बाग में मारे गए थे मसूल हुई हैं। ऊपर चूँकि दुरुस्त तादाद मुख्तलफिलीन की मालूम करने की ज़रूरत है इसलिए तमाम उन अशकास जो जलियांवाला बाग में मारे गए काम दे सकते हैं अल्तमास है कि वो इन नामों की इतला असलातन या बजरिया तहरीर बखिदमत हेल्थ ऑफिसर साहिब म्यूनसिपल कमेटी कबलस 20 अगस्त दे दें। ऐसी इतला में नाम सुनी वलदियत जाए रहायश पेशा और दर्ज हो। अगे सारा देखो तुसी हो सकता है पंजाबी या हिंदी दे विच जिहड़ा है वो लिखा हुआ है। एफ एच पिकल कायम मुकाम डिप्टी कमिश्नर बहादुर ज़िला अमृतसर तो ये सन जी और रेयर डॉक्यूमेंट्स जिन्हों की गल की जा रही सी सारे देखते भी नहीं हैं
ਕਿੱਧਰ ਹੈ ਉਹ ਸਿੱਖੀ ਸਰ? ਯਾਰ ਉਹਨਾਂ ਨੂੰ ਜ਼ਰਾ ਬੁਲਾ ਲਵੋ, ਆ ਜਾਓ ਸਾਰੇ ਜੀ। ਆਪ ਵੀ ਚਲੋ ਇਸੂ ਸਭ ਹਾਂਜੀ ਜੀ। ਅੱਜ ਸਾਡੇ ਜਿਹੜੇ ਸਕੋਲਰਸ ਨੇ ਸਪੈਸ਼ਲੀ ਜਿਹੜੇ ਸਾਡੇ ਪਿਆਰਾ ਨਨਕਾਣਾ ਔਰ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ, ਪਾਕਿਸਤਾਨ ਹੈਰੀਟੇਜ ਕਲੱਬ, ਇਹ ਉਹਦੇ ਸਾਰੇ ਸਟੂਡੈਂਟਸ ਔਰ ਲਰਨਰ, ਮੈਂ ਸਟੂਡੈਂਟਸ ਇਸ ਲਈ ਕਹਿ ਰਿਹਾ, ਵੈਸੇ ਤਾਂ ਆਪਣੇ ਆਪ ਦੇ ਵਿੱਚ ਸਾਰੇ ਉਸਤਾਦ ਨੇ, ਲੇਕਿਨ ਜਦੋਂ ਬੰਦਾ ਕੋਈ ਸਿੱਖਣ ਦੇ ਮੂਡ 'ਚ ਆਉਂਦਾ ਤਾਂ ਉਹ ਹਮੇਸ਼ਾ ਸਟੂਡੈਂਟ ਹੀ ਹੁੰਦਾ। ਅਤੇ ਇਸ ਵਾਸਤੇ ਮੈਂ ਕਹਾਂਗਾ ਕਿ ਅਸੀਂ ਇਹਨਾਂ ਸਾਰਿਆਂ ਨਾਲ ਗੱਲ ਕਰਾਂਗੇ ਜਿਹੜੇ ਲੋਕ ਸਾਡੇ ਦੂਰ ਦਰਾਜ਼ ਤੋਂ ਜਗ੍ਹਾ ਦੇ ਉੱਤੋਂ ਆਏ ਨੇ ਔਰ ਇਸ ਐਗਜ਼ਿਬਿਸ਼ਨ ਨੂੰ ਜਿਹੜਾ ਉਹ ਅਟੈਂਡ ਕਰਨ ਲਈ ਆਏ ਨੇ, ਔਰ ਰੇਅਰ ਡਾਕੂਮੈਂਟਸ ਦੇਖਣ ਤੋਂ ਬਾਅਦ ਇਹਨਾਂ ਦਾ ਆਪਣਾ ਕੀ ਜਿਹੜਾ ਉਹ ਖਿਆਲ ਹੈ, ਔਰ ਖਾਸ ਕਰਕੇ ਇਹ ਜਿਹੜਾ ਉਪਰਾਲਾ ਜਿਹੜਾ ਕਿ ਕੀਤਾ ਗਿਆ ਰੇਡੀਓ ਸਾਡੇ ਵਾਲਾ ਦੀ ਤਰਫੋਂ ਕਿ ਅਸੀਂ ਤੁਹਾਨੂੰ ਇੱਥੇ ਲੈ ਕੇ ਆਏ ਹਾਂ ਐਗਜ਼ਿਬਿਸ਼ਨ ਦੇ ਅੰਦਰ, ਅਤੇ ਅਸੀਂ ਵਨ ਬਾਈ ਵਨ ਜਿਹੜਾ ਸਾਰਿਆਂ ਨਾਲ ਗੱਲ ਕਰਦੇ ਹਾਂ ਔਰ ਨਾਲ ਦੀ ਨਾਲ ਅਸੀਂ ਉਹਨਾਂ ਦੇ ਵਿਊ ਵੀ ਲੈਂਦੇ ਹਾਂ ਜੀ। ਜੀ ਇਸੇ ਪਹਿਲੇ ਤੋਂ ਮੁਝੇ ਕੋਈ ਇਨਫਾਰਮੇਸ਼ਨ ਨਹੀਂ ਥੀ, ਤੋ ਮੇਰੇ ਦੋਸਤ ਨੇ ਬਤਾਇਆ ਕਿ ਇਸ ਬਾਰ ਵੋ ਓਪਨਿੰਗ ਹੋ ਰਹੀ ਹੈ ਹੈਰੀਟੇਜ ਮੇਂ, ਤੋ ਮੈਨੇ ਸੋਚਿਆ ਸ਼ਾਇਦ ਮੁਝੇ ਵੀ ਇਸੇ ਕੋਈ ਇਨਫਾਰਮੇਸ਼ਨ ਮਿਲ ਜਾਏ, ਤੋ ਇਸ ਲਈ ਮੈਨੇ ਵੀ ਅੱਜ ਵਿਜ਼ਿਟ ਕਰ ਲਈ। ਠੀਕ ਹੋ ਗਿਆ ਜੀ, ਥੈਂਕ ਯੂ ਜੀ। ਅਸਲਾਮ ਅਲੈਕਮ। ਯਾਨੀ ਕਿ ਇਸ ਐਗਜ਼ਿਬਿਸ਼ਨ ਤਲਹਾ ਮੁਹੰਮਦ ਤਲਹਾ, ਇਸ ਐਗਜ਼ਿਬਿਸ਼ਨ ਸੇ ਸਬਸੇ ਜ਼ਬਰਦਸਤ ਬਾਤ ਇਹ ਦੇਖਨੇ ਕੋ ਮਿਲਤੀ ਹੈ ਕਿ ਜੈਸੇ 1919 ਮੇਂ ਡਾਕਟਰ ਸੈਫੁਦੀਨ ਔਰ ਡਾਕਟਰ ਸਤਿਆਪਾਲ ਆਨੰਦ ਕੇ ਲਈ ਅਗਰ ਸਿੱਖ ਮੁਸਲਿਮ ਹਿੰਦੂ ਸਾਰੇ ਮੁਸਲਮਾਨ ਸਾਰੀ ਕਮਿਊਨਿਟੀਜ਼ ਮਿਲ ਕੇ ਇਤਜਾਜ ਕੇ ਲਈ ਇਕੱਠੇ ਹੋ ਸਕਤੇ ਹੈ, ਤੋ ਆਜ ਹਮ ਦੁਬਾਰਾ ਵੀ ਵੋ ਹਾਰਮਨੀ ਪੈਦਾ ਕਰ ਸਕਤੇ ਹੈ। ਔਰ ਇਸ ਐਗਜ਼ਿਬਿਸ਼ਨ ਸੇ ਫਸਟ ਟਾਈਮ ਹਮੇ ਬਹੁਤ ਸਾਰੇ ਰੇਅਰ ਡਾਕੂਮੈਂਟਸ ਦੇਖਨੇ ਕੋ ਮਿਲੇ ਹੈ ਕਿ ਜੈਸੇ ਕਿ ਬਹੁਤ ਸਾਰੀ ਮਿਸਕਨਸੈਪਸ਼ਨਸ ਪਾਈ ਜਾਤੀ ਥੀ ਕਿ ਗੁਜਰਾਂਵਾਲਾ ਮੇਂ ਬਹੁਤ ਬੜਾ ਇਸਕੇ ਬਾਅਦ ਯਾਨੀ ਕਿ 1913 ਅਪ੍ਰੈਲ ਕੇ ਬਾਅਦ ਬਹੁਤ ਸਾਰੇ ਵਾਕਿਆਤ ਹੋਤੇ ਹੈ, ਸੀਰੀਜ਼ ਆਫ ਹੈ ਗੁਜਰਾਤ ਮੇਂ ਔਰ ਦੂਸਰੇ ਏਰੀਆਜ਼ ਮੇਂ, ਤੋ ਹਮੇ ਆਜ ਇੱਕ ਬਹੁਤ ਸੀ ਨਈ ਜਹਤੇ ਦੇਖਣੇ ਕੋ ਮਿਲੀ ਹੈ ਜਲਿਆਂਵਾਲਾ ਬਾਗ ਕੇ ਵਾਕਿਆ ਸੇ। ਥੈਂਕ ਯੂ ਤਲਹਾ, ਬਹੁਤ ਸ਼ੁਕਰੀਆ ਆਪਕਾ। ਥੈਂਕ ਯੂ ਜੀ। ਅਸਲਾਮ ਅਲੈਕਮ ਜੀ, ਖਾਲਿਦ ਮਹਿਮੂਦ ਜੀ, ਸ਼ਬੀਰ ਬਾਬਾ ਜੀ। ਜੀ 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 ਜੀ, ਬੋਲੋ ਦੱਸੋ ਕਿ ਕੀ ਅੱਜ ਦੀ ਐਗਜ਼ਿਬਿਸ਼ਨ ਵਿੱਚ ਕੀ ਤੁਸੀਂ ਖਾਸ ਜਿਹੜੀ ਚੀਜ਼ ਤੁਹਾਨੂੰ? ਸਰ ਜਲਿਆਂਵਾਲਾ ਬਾਗ ਨੂੰ ਤਾਂ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ, ਦੇਖਦੇ ਆ ਰਹੇ ਹਾਂ ਉਹਨਾਂ ਦੇ ਬਾਰੇ 'ਚ। ਜੀ ਜੀ, ਉਹਨਾਂ ਦੀ ਬਹੁਤ ਸਾਰੀ ਫੋਟੋਜ਼ ਦੇਖਦੇ ਸਾਂ, ਬਹੁਤ ਸਾਰੇ ਰਾਈਟਰਸ ਦਾ ਲਿਖਿਆ ਪੜ੍ਹਨੇ ਸਾਂ, ਪਰ ਇਹ ਜੋ ਪੰਜਾਬ ਆਰਕਾਈਵਜ਼ ਨੇ ਅੱਜ ਪੇਪਰ ਲਗਾਏ ਨੇ ਔਰ ਸਾਰੇ ਲੈਟਰ ਔਰ ਕਨਵਰਸੇਸ਼ਨ ਜਿਹੜੀ ਗੋਰਿਆਂ ਦੀ ਆਪਸ ਦੇ ਵਿੱਚ ਹੀ ਕੀ ਸੀ, ਉਹਦੇ ਤੋਂ ਇੱਕ ਲਹਿਦਾ ਮੁਖਤਲਿਫ ਪਿਕਚਰ ਜਿਹੜੀ ਨਾ ਉਹ ਸਾਹਮਣੇ ਆਉਂਦੀ ਹੈ। ਸਭ ਤੋਂ ਪਹਿਲੇ ਤਾਂ ਜਿਹੜਾ ਮਾਰਸ਼ਲਾ ਲੱਗਣ ਦੀ ਵਜ੍ਹਾ ਹੈ ਉਹ ਜਨਰਲ ਡਾਇਰ ਨੇ ਜੋ ਕਤਲੇਆਮ ਕੀਤਾ ਜਲਿਆਂਵਾਲੇ ਬਾਗ ਦੇ ਵਿੱਚ, ਔਰ ਉਸ ਤੋਂ ਬਾਅਦ ਜਿਹੜਾ ਮਾਰਸ਼ਲਾ ਲੱਗਦਾ ਉਸ ਤੋਂ ਅਗਲੇ ਦਿਨ, ਉਹਦੇ ਨਾਲ ਜਿਹੜੀਆਂ ਖਰਾਬੀਆਂ ਔਰ ਜਿਹੜੇ ਜ਼ੁਲਮ ਇੱਥੇ ਆਮ ਹਿੰਦੁਸਤਾਨੀਆਂ ਦੇ ਨਾਲ ਹੋਏ, ਸਭ ਮੁਸਲਮਾਨ ਸਿੱਖ ਹਿੰਦੂ ਸਭ ਜਦੋਂ ਇੱਕ ਸਨ ਔਰ ਸਭ ਦਾ ਖੂਨ ਬਰਾਬਰ ਉਸ ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਉਹ ਡੁੱਲਿਆ, ਅਤੇ ਉਸ ਤੋਂ ਬਾਅਦ ਜਿਹੜੇ ਜ਼ੁਲਮ ਹੋਏ ਨੇ ਉਹ ਇਸ ਐਗਜ਼ਿਬਿਸ਼ਨ ਵਿੱਚ ਦੇਖਣ ਨੂੰ ਮਿਲਦੇ ਨੇ। ਜਿਹੜੇ ਫੌਰੀ ਤੌਰ 'ਤੇ ਅੰਮ੍ਰਿਤਸਰ, ਲਾਹੌਰ, ਗੁਜਰਾਂਵਾਲਾ, ਸਿਆਲਕੋਟ, ਗੁਜਰਾਤ, ਮਾਰਸ਼ਲਾ ਲੱਗ ਗਈ ਔਰ ਸਟੂਡੈਂਟਸ ਦੇ ਉੱਤੇ ਜਿਹੜੇ ਜ਼ੁਲਮ ਹੋਏ, ਸਟੂਡੈਂਟਸ ਨੂੰ ਲਾਹੌਰ ਦੇ ਸਿਰਫ 147 ਸਟੂਡੈਂਟਸ ਨੂੰ ਜਿਹੜਾ ਨਾ ਉਹ ਕਾਲਜਾਂ ਔਰ ਯੂਨੀਵਰਸਿਟੀਆਂ ਤੋਂ ਕੱਢਤਾ ਗਿਆ ਔਰ ਉਹਨਾਂ 'ਤੇ ਪਾਬੰਦੀ ਲਗਾ ਤੀ ਕਿ ਉਹ ਕਦੀ ਵੀ ਸਰਕਾਰੀ ਨੌਕਰੀ ਨਹੀਂ ਲੈ ਸਕਣਗੇ। ਉਹਦੇ ਡਾਕੂਮੈਂਟ ਇੱਥੇ ਦੇਖੇ। ਉਸ ਤੋਂ ਬਾਅਦ ਜਲਿਆਂਵਾਲੇ ਬਾਗ ਦੇ ਜਿਹੜੇ ਉਹਨਾਂ ਦੇ ਲੋਹਾਇਕੀਨ ਸਨ, ਉਹਨਾਂ ਇੱਕ ਨੋਮੀਨਲ ਜੀ ਪੈਸੇ ਦੇ ਕੇ ਔਰ ਜਿਨ੍ਹਾਂ ਲੋਕਾਂ ਨੇ ਹੈਲਪ ਆਊਟ ਕੀਤਾ ਉਹਨਾਂ ਨੂੰ ਜਿਹੜੇ ਇਨਾਮਾਤ ਦਿੱਤੇ ਗਏ ਨੇ ਉਹ ਸਾਰਿਆਂ ਨਾਮ ਦੇ ਨਾਲ ਡਿਟੇਲ ਇੱਥੇ ਲਿਖੀ ਹੈ ਕਿ ਗੁਰਨੇ ਕਿੰਨੇ ਪੈਸੇ ਦਿੱਤੇ। ਉਸ ਦੌਰ ਵਿੱਚ 200 ਦਿੱਤਾ ਔਰ ਜਿਹੜਾ ਜਲਿਆਂਵਾਲੇ ਦਾ ਫਾਰਗ ਹੋਇਆ ਉਹਨੂੰ 1 ਰੁਪਇਆ 2 ਰੁਪਏ ਦੇ ਕੇ ਉਹਨਾਂ ਨੂੰ ਕੀਤਾ। ਤੋ ਜੋ ਗੋਰੇ ਦਾ ਜ਼ੁਲਮ ਹੈ ਔਰ ਇਹ ਜਿਹੜੀ ਅੱਜ ਇੱਥੇ ਐਗਜ਼ਿਬਿਸ਼ਨ ਹੈ, ਕੋਈ ਬਾਇਸ ਨਹੀਂ ਹੈ ਕਿ ਇਹ ਕਿਸੇ ਰਾਈਟਰ ਨੇ ਲਿਖੀ ਹੋਏ, ਇਹ ਤਾਂ ਉਹ ਆਫੀਸ਼ੀਅਲ ਡਾਕੂਮੈਂਟਸ ਨੇ ਜਿਹੜੇ ਉਹਨਾਂ ਨੇ ਇੱਕ ਦੂਜੇ ਦੇ ਨਾਲ, ਇੱਕ ਆਫਿਸਰ ਨੇ ਦੂਸਰੇ ਆਫਿਸਰ ਨੂੰ ਭੇਜਿਆ, ਇੱਕ ਬਿਊਰੋਕਰੇਟ ਨੇ ਦੂਜੇ ਬਿਊਰੋਕਰੇਟ ਨੂੰ,
ਈਵਨ ਕਿ ਜਿਹੜੇ ਸੈਕਟਰੀ ਸੀ ਉਹਨੇ ਜਿਹੜੇ ਗਵਰਨਰ ਜਨਰਲਸ ਨੂੰ ਇੱਥੋਂ ਇਹਦਾ ਮਤਲਬ ਹੈ ਕਿ ਉਸ ਦੌਰ ਦੀ ਸਾਰੀ ਬਿਊਰੋਕਰੇਸੀ ਖੁੱਲ੍ਹ ਕੇ ਸਾਹਮਣੇ ਆ ਹਾਂਜੀ ਇਹ ਮੇਰਾ ਖਿਆਲ ਹੈ ਕਿ ਪੰਜਾਬ ਆਰਕਾਈਵ ਕੋਲ ਇੱਕ ਖਜ਼ਾਨਾ ਹੈ ਮੇਰਾ ਖਿਆਲ ਜਿਸ ਤਰ੍ਹਾਂ ਖੁੱਲ੍ਹੇਗਾ ਔਰ ਉਸ ਤਰ੍ਹਾਂ ਕਈ ਹਿਸਟਰੀ ਦੀਆਂ ਜਿਹੜੀਆਂ ਨੇ ਨਾ ਉਹ ਗੁੱਥੀਆਂ ਖੁੱਲ੍ਹਣਗੀਆਂ ਜੀ ਜੀ ਸ਼ੁਕਰੀਆ ਬਹੁਤ ਸ਼ੁਕਰੀਆ ਅਸਲਾਮ ਵਾਲੇਕੁਮ ਜੀ ਮੈਂ ਜੀ ਮਕਸੂਦ ਅਹਿਮਦ ਪੰਜਾਬੀ ਵੀਰ ਜੀ ਅੱਜ ਅਸੀਂ ਇੱਥੇ ਆਏ ਹਾਂ ਜੀ ਅਤੇ ਜਲ੍ਹਿਆਂਵਾਲਾ ਬਾਗ ਦੀ ਹਿਸਟਰੀ ਜਿਹੜੀ ਕਿ ਬੜੀ ਕਨਫਿਊਜ਼ਨ ਸਨ ਕਈ ਹਿਸਟੋਰੀਅਨ ਆਪਣੇ ਮੁਖਤਲਿਫ ਤਰੀਕਿਆਂ ਨਾਲ ਲਿਖਦੇ ਰਹਿ ਕੰਮ ਕਰਦੇ ਰਹਿ ਲੇਕਿਨ ਅੱਜ ਇਸ ਨੁਮਾਇਸ਼ ਦੇ ਜ਼ਰੀਏ ਸਾਨੂੰ ਪਤਾ ਚੱਲਿਆ ਹੈ ਕਿ ਇਹ ਰੀਅਲ ਡਾਕੂਮੈਂਟ ਸਾਡੇ ਸਾਹਮਣੇ ਆਏ ਨੇ ਅਤੇ ਸਾਨੂੰ ਰੀਅਲ ਹਿਸਟਰੀ ਦਾ ਪਤਾ ਚੱਲਿਆ 13 ਅਪ੍ਰੈਲ 1919 ਤੋਂ ਬਾਅਦ ਜਿਹੜੀ ਰੀਅਲ ਹਿਸਟਰੀ 13 ਅਪ੍ਰੈਲ 2019 'ਚ ਸ਼ੋਅ ਹੋਈ ਹੈ ਸਾਨੂੰ ਬਹੁਤ ਵਧੀਆ ਲੱਗਾ ਕਿ ਸਾਨੂੰ ਰੀਅਲ ਹਿਸਟਰੀ ਸਾਡੇ ਸਾਹਮਣੇ ਆਈ ਅਤੇ ਜਿਸ ਤਰ੍ਹਾਂ ਪਹਿਲੇ ਵੀ ਇਤਿਹਾਸ ਸੀ ਸਿੱਖ ਹਿੰਦੂ ਮੁਸਲਿਮ ਦਾ ਅਤੇ ਇਸ ਤਰ੍ਹਾਂ ਹੁਣ ਵੀ ਹੋਣਾ ਚਾਹੀਦਾ ਅਤੇ ਇਹ ਯੂਨਿਟੀ ਪੈਦਾ ਕਰਨੀ ਚਾਹੀਦੀ ਜੀ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਮਕਸੂਦ ਭਾਈ ਤੁਸੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕੀਤੀ ਔਰ ਅਸੀਂ ਹੁਣ ਮਿਲਦੇ ਹਾਂ ਆਪਣਾ ਆਓ ਜ਼ਰਾ ਉਹ ਸ਼ੀਲ ਦਿਓ ਦੋਨੋਂ ਕੱਟ ਕੇ ਲੈ ਕੇ ਆਓ ਠੀਕ ਹੈ ਜੀ ਅਸੀਂ ਰੇਡੀਓ ਸਾਡੇ ਵਾਲਾ ਦੀ ਤਰਫੋਂ ਇੱਕ ਉਪਰਾਲਾ ਕੀਤਾ ਹੈ ਜੀ ਕਿ ਸਾਡੇ ਜਿਹੜੇ ਸੈਕਟਰੀ ਸਾਹਿਬ ਨੇ ਜਿਨ੍ਹਾਂ ਨੇ ਇਹ ਔਰਗਨਾਈਜ਼ ਕੀਤੀ ਹੈ ਪੂਰੀ ਤਕਰੀਬ ਜਿਹੜੀ ਹੈ ਅਸੀਂ ਉਹਨਾਂ ਨੂੰ ਔਰ ਉਹਨਾਂ ਦੇ ਨਾਲ ਜਿਹੜੇ ਨੇ ਸਾਡੇ ਕਹਿ ਲਵੋ ਤੁਸੀਂ ਕਿ ਡਾਇਰੈਕਟਰ ਆਰਕਾਈਵ ਨੇ ਉਹਨਾਂ ਨੂੰ ਅਸੀਂ ਬਕਾਇਦਾ ਤੌਰ 'ਤੇ 550 ਸਾਲਾ ਬਾਬਾ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੇ ਉੱਤੇ ਜਿਹੜਾ ਉਹਨਾਂ ਨੂੰ ਸਨਮਾਨ ਕਰਨਾ ਚਾਹੁੰਦੇ ਹਾਂ ਔਰ ਉਹਨਾਂ ਨੂੰ ਇਹ ਇੱਕ ਮੈਸੇਜ ਅਸੀਂ ਪੂਰੀ ਦੁਨੀਆ ਨੂੰ ਦੇਣਾ ਚਾਹੁੰਦੇ ਹਾਂ ਕਿ ਪੰਜਾਬੀ ਜਿੱਥੇ ਵੀ ਨੇ ਉਹਨਾਂ 'ਚ ਅੱਜ ਵੀ ਏਕਤਾ ਹੈ ਸਰ ਚੁਪਤਾਈ ਸਾਹਿਬ ਸਰ ਚੁਪਤਾਈ ਸਾਹਿਬ ਆਓ ਜੀ ਲਓ ਜੀ ਸਾਡੇ ਨਾਲ ਮੌਜੂਦ ਨੇ ਆਪਣਾ ਸਾਡੇ ਸੈਕਟਰੀ ਆਰਕਾਈਵ ਆਉਣਗੇ ਔਰ ਨਾਲ ਹੀ ਸਾਡੇ ਨਾਲ ਡਾਇਰੈਕਟਰ ਆਰਕਾਈਵ ਆਉਣਗੇ ਅਸੀਂ ਰੇਡੀਓ ਸਾਡੇ ਵਾਲਾ ਔਰ ਸੁਪਰੀਮ ਸਿੱਖ ਕੌਂਸਲ ਵੱਲੋਂ ਨਿਊਜ਼ੀਲੈਂਡ ਦੀ ਟੀਮ ਵੱਲੋਂ ਅਸੀਂ ਇੰਨਾ ਵੱਡਾ ਉਪਰਾਲਾ ਔਰ ਇੰਨਾ ਸੋਹਣਾ ਰਿਕਾਰਡ ਸਾਂਭਣ ਦੀ ਮੱਦ ਵਿੱਚ ਸਾਡੀ ਟੀਮ ਨੇ ਫੈਸਲਾ ਕੀਤਾ ਸੀ ਕਿ ਇਹਨਾਂ ਨੂੰ ਕੰਟੀਨਿਊ ਕਰਦੇ ਹਾਂ ਅਤੇ ਉਸ ਚੀਜ਼ ਦਾ ਉਪਰਾਲਾ ਜਿਹੜਾ ਉਹ ਸਾਹਮਣੇ ਕੀਤਾ ਤੁਹਾਡੇ ਸਾਹਮਣੇ ਕੀਤਾ ਜਾ ਰਿਹਾ ਔਰ 550 ਸਾਲਾ ਬਾਬਾ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੇ ਉੱਤੇ ਉਸ ਰਿਕਾਰਡ ਨੂੰ ਪ੍ਰਜ਼ਰਵ ਰੱਖਣ ਵਾਸਤੇ ਔਰ ਇਹਨਾਂ ਨੂੰ ਇੰਨੀ ਗ੍ਰਾਂ ਕਦਰ ਖਿਦਮਤ ਜਿਹੜੀਆਂ ਨੇ ਪੰਜਾਬ ਆਰਕਾਈਵ ਖਾਲੀ ਯਾਨੀ ਕਿ ਪੰਜਾਬ ਦਾ ਰਿਕਾਰਡ ਨਹੀਂ ਹੈ ਇਹਨਾਂ ਕੋਲ ਦਿੱਲੀ ਸਰਕਾਰ ਦਾ ਵੀ ਰਿਕਾਰਡ ਪਿਆ ਹੋਇਆ ਹੈ ਔਰ ਮੁਗਲ ਅੰਪਾਇਰ ਦਾ ਵੀ ਰਿਕਾਰਡ ਪਿਆ ਹੋਇਆ ਅਤੇ ਅਸੀਂ ਇਸ ਚੀਜ਼ ਦੇ ਉੱਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ ਜਿਸ ਵੇਲੇ ਕਿ ਕਹਿ ਲਵੋ ਤੁਸੀਂ ਕਿ ਇਹ ਚੀਜ਼ਾਂ ਜਦੋਂ ਸਾਹਮਣੇ ਆਈਆਂ ਨੇ ਸਾਨੂੰ ਪਹਿਲੇ ਇਸ ਤੋਂ ਕਦੀ ਵੀ ਅੱਜ ਤੋਂ ਪਹਿਲੇ ਨਹੀਂ ਸੀ ਪਤਾ ਕਿ ਇਹ ਇੰਨਾ ਸਾਰਾ ਰਿਕਾਰਡ ਜਿਹੜਾ ਉਹ ਲਾਹੌਰ ਪੰਜਾਬ ਆਰਕਾਈਵ ਦੇ ਕੋਲ ਹੈ ਪਾਕਿਸਤਾਨ ਦੇ ਵਿੱਚ ਅਮੇਜ਼ਿੰਗ ਰੀਅਲੀ ਸਰ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਔਰ ਤੁਹਾਨੂੰ ਸਰ ਬਹੁਤ ਮੁਬਾਰਕ ਹੋਏ ਇਹ ਬਹੁਤ ਹੀ ਖਾਸ ਚੀਜ਼ ਹੈ ਔਰ ਯੂ ਆਰ ਅ ਫਸਟ ਵਨ ਤੁਸੀਂ ਪਾਕਿਸਤਾਨ 'ਚ ਪਹਿਲੇ ਹੋ ਇਸ ਵੇਲੇ ਜਿਨ੍ਹਾਂ ਨੂੰ ਇਹ ਸਨਮਾਨ ਕੀਤਾ ਜਾ ਰਿਹਾ ਹੈ ਔਰ ਤਮਾਮ ਸਿੱਖ ਸੰਗਤ ਦੀ ਤਰਫੋਂ ਪੂਰੀ ਦੁਨੀਆ ਦੇ ਵਿੱਚੋਂ ਕਿ ਤੁਸੀਂ ਪੰਜਾਬ ਔਰ ਪੰਜਾਬੀ ਦਾ ਰਿਕਾਰਡ ਇੰਨਾ ਕੁ ਸੋਹਣਾ ਪ੍ਰਜ਼ਰਵ ਰੱਖਿਆ ਅਤੇ ਉਹਦੀ ਗ੍ਰਾਂ ਕਦਰ ਖਿਦਮਤ ਦੇ ਵਿੱਚ ਸੀ ਸਰ ਥੈਂਕ ਯੂ ਸਰ ਸੋ ਨਾਈਸ ਆਫ ਯੂ ਬਹੁਤ ਸ਼ੁਕਰੀਆ ਜੀ ਜੀ ਸਰ ਚੁਪਤਾਈ ਜੀ ਬਿਲਕੁਲ ਸਰ ਚੁਪਤਾਈ ਸਾਹਿਬ ਜਿਹੜੇ ਕਿ ਕਿਸੇ ਵੀ ਕਹਿ ਲਵੋ ਤੁਸੀਂ ਕਿ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹਨ ਪੰਜਾਬ ਆਰਕਾਈਵ ਦਾ ਅਗਰ ਕੋਈ ਰਿਕਾਰਡ ਕਿਸੇ ਨੂੰ ਕੋਈ ਚਾਹੀਦਾ ਹੋਵੇ ਜਾਂ ਐਕਸੈਸ ਚਾਹੀਦਾ ਹੋਵੇ ਤਾਂ ਛੁੱਟੀ ਤੋਂ ਬਾਅਦ ਵੀ ਹਾਜ਼ਰ ਹੁੰਦੇ ਨੇ ਅਤੇ ਮੈਂ ਤਾਂ ਖੁਦ ਪਰਸਨਲੀ ਆ ਕੇ ਸਾਰਾ ਕੁਛ ਦੇਖਿਆ ਮੈਂ ਇਸ ਵਾਸਤੇ ਕਿ ਮੈਂ ਕੁਛ ਦਿਨ ਪਹਿਲੇ ਬਕਾਇਦਾ ਤੌਰ 'ਤੇ ਕਹਿ ਲਵੋ ਤੁਸੀਂ ਜਿਸ ਰੈਕੀਮੇਸ਼ਨ ਦੇ ਉੱਤੇ ਆਇਆ ਸੀ
ਔਰ ਆ ਕੇ ਮੈਂ ਪੂਰਾ ਰਿਕਾਰਡ ਜਿਹੜਾ ਦੇਖਿਆ, ਮੈਂ ਕਿਹਾ ਸ਼ਾਇਦ ਮੈਂ ਲਾਈਫ ਦੇ ਵਿੱਚ ਉਹ ਕਦੀ ਵੀ ਨਾ ਦੇਖ ਪਾਉਂਦਾ ਅਗਰ ਮੈਂ ਆਰਕਾਈਵ ਡਿਪਾਰਟਮੈਂਟ ਦੇ ਵਿੱਚ ਨਾ ਆਉਂਦਾ। ਅਤੇ ਸਰ ਤੁਹਾਡਾ ਦੋਵਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ। ਜਦੋਂ ਤੱਕ ਕੋਆਰਡੀਨੇਸ਼ਨ ਸੀਨੀਅਰ ਔਰ ਜੂਨੀਅਰ ਦੀ ਆਪਸ ਦੇ ਵਿੱਚ ਨਹੀਂ ਹੁੰਦੀ ਤਾਂ ਕਦੇ ਵੀ ਇਹ ਕੰਮ ਨਹੀਂ ਹੁੰਦਾ। ਅਤੇ ਕ੍ਰੈਡਿਟ ਗੋਜ਼ ਟੂ ਬੋਥ ਆਫ ਯੂ ਕਿ ਤੁਸੀਂ ਇਹ ਸਾਰਾ ਕੁਝ ਜਿਹੜਾ ਐਡੀ ਵੱਡੀ ਐਗਜ਼ਿਬਿਸ਼ਨ ਜਿਹੜੀ ਲੈ ਕੇ ਆਏ ਹੋ, ਅਤੇ ਇੱਕ ਮੈਸੇਜ ਪੂਰੀ ਦੁਨੀਆ ਦੇ ਪੰਜਾਬੀਆਂ ਵਾਸਤੇ ਕੋਈ ਸਰ ਤੁਸੀਂ ਦੇ ਦਿਓ ਜਿਹੜਾ ਕਿ ਸਾਡਾ ਆਖਰੀ ਮੈਸੇਜ ਹੋਵੇ ਪੰਜਾਬੀ 'ਚ। ਸਰ ਮੈਸੇਜ ਦੇਣਾ ਪੂਰੇ ਪੰਜਾਬੀਆਂ ਨੂੰ ਸਰ। ਅਸਲ 'ਚ ਮੈਂ ਆਪਣੇ ਇੱਕ ਰਿਕਾਰਡ ਤੋਂ ਹੀ ਤੁਹਾਨੂੰ ਇੱਕ ਵਾਕਿਆ ਦੱਸਣਾ। ਸਾਡੇ ਰਿਕਾਰਡ 'ਚ ਜਦੋਂ 1857 ਦੀ ਜੰਗ ਹੋਈ ਨਾ, ਅਤੇ ਅੰਗਰੇਜ਼ਾਂ ਨੇ ਜਿਹੜੇ ਮਿਨਟਸ ਤਿਆਰ ਕੀਤੇ ਉਹਦੇ 'ਚ ਇਹ ਲਿਖਿਆ ਸੀ ਕਿ ਪੰਜਾਬੀ ਆਰ ਦੀ ਮੋਸਟ ਇੰਟੈਲੀਜੈਂਟ ਨੇਸ਼ਨ ਇਨ ਇੰਡੀਆ। ਔਰ ਇਹ ਉਹਨਾਂ ਨੇ ਤਸਲੀਮ ਕੀਤਾ ਸੀ ਕਿ ਪੂਰੇ ਹਿੰਦੁਸਤਾਨ ਵਿੱਚ ਪੰਜਾਬੀ ਸਭ ਤੋਂ ਜ਼ਹੀਨ ਕੌਮ ਹੈ ਔਰ ਉਹ ਡਰਦੇ ਵੀ ਪੰਜਾਬੀਆਂ ਕੋਲੋਂ ਸਨ। ਇਸ ਲਈ ਉਹਨਾਂ ਨੇ ਰਣਜੀਤ ਸਿੰਘ ਦੀ ਜ਼ਿੰਦਗੀ 'ਚ ਕਦੀ ਸੋਚਿਆ ਵੀ ਨਹੀਂ ਸੀ ਕਿ ਪੰਜਾਬ 'ਤੇ ਕਬਜ਼ਾ ਕਰਨਾ ਹੈ। ਔਰ ਜਦੋਂ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਜਿਹੜੇ ਬਾਕੀ ਜਦੋਂ ਫਿਰ ਉਹ ਸਾਜ਼ਿਸ਼ਾਂ ਕਰਨ ਵਿੱਚ ਕਾਮਯਾਬ ਹੋਏ ਔਰ ਆਖਿਰ 10 ਸਾਲ ਲੱਗੇ, ਉਹ ਵੀ 10 ਸਾਲ ਲੱਗੇ ਕਿ ਉਹ ਉਹ ਉਹਨੂੰ ਕਬਜ਼ਾ ਕਰਨ ਵਾਸਤੇ। ਸਟਰੋਂਗ ਹੈ। ਔਰ ਹੁਣ ਵੀ ਜਿਹੜਾ ਤੁਸੀਂ ਅੱਜ ਐਗਜ਼ੀਬਿਸ਼ਨ ਦੇਖੀਏ ਨਾ, ਇਹਦੇ ਵਿੱਚ ਪੰਜਾਬੀਆਂ ਦਾ ਖੌਫ ਨਜ਼ਰ ਆਉਂਦਾ ਗੋਰਿਆਂ ਨੂੰ। ਇਹ ਸਾਰੇ ਵਾਕਿਆਤ ਨੂੰ ਉਹਨਾਂ ਨੇ ਛੁਪਾਇਆ ਤਾਂ ਕਿ ਬਾਕੀ ਲੋਕਾਂ ਨੂੰ, ਬਾਕੀ ਸੂਬਿਆਂ ਨੂੰ ਦੱਸਿਆ ਜਾਏ ਕਿ ਪੰਜਾਬ ਕੰਟਰੋਲ 'ਚ ਹੈਗਾ। ਓਕੇ, ਠੀਕ ਹੈ ਜੀ। ਇਸ ਲਈ ਇਹ ਵੀ ਪੰਜਾਬੀਆਂ ਕੋਲ ਖੌਫ ਉਹਦੇ ਜ਼ਿਹਨ ਵਿੱਚ ਹਮੇਸ਼ਾ ਉਹਨਾਂ ਦਾ ਰਿਹਾ, ਪੰਜਾਬ ਕੰਟਰੋਲ 'ਚ, ਪੰਜਾਬ ਕੋਲ ਸਾਰਾ। ਅਗਰ ਪੰਜਾਬ ਕੰਟਰੋਲ 'ਚ ਹੈ, 1857 'ਚ ਵੀ ਉਹਨਾਂ ਨੇ ਛੁਪਾਇਆ ਔਰ ਇਹ ਫਿਰ 1919 ਦੇ ਮਾਰਸ਼ਲ ਆਈ 'ਚ ਵੀ ਉਹਨਾਂ ਨੇ ਪੰਜਾਬ ਨੂੰ ਛੁਪਾਇਆ ਔਰ ਲੋਕਾਂ ਨੂੰ ਹਕਾਇਕ ਨਹੀਂ ਦੱਸੇ, ਨਾ ਉਹਨਾਂ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਦੱਸੇ, ਨਾ ਇੰਗਲੈਂਡ ਦੇ ਲੋਕਾਂ ਨੂੰ ਦੱਸੇ ਔਰ ਨਾ ਹੀ ਜਿਹੜਾ ਇਹ ਕਮਿਸ਼ਨ ਬਣਿਆ ਸੀ ਇੰਟਰ ਕਮਿਸ਼ਨ ਉਹਨੂੰ ਹਕਾਇਕ ਦੱਸੇ ਉਹਨਾਂ ਨੇ। ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ। ਤੁਸੀਂ ਇੰਨਾ ਪਿਆਰਾ ਪ੍ਰੋਗਰਾਮ ਜਿਹੜਾ ਬਹੁਤ ਹੀ ਜ਼ਬਰਦਸਤ, ਮੈਂ ਕਹਿ ਰਿਹਾ ਵਾਂ ਕਿ ਮੈਂ ਕਹਾਂਗਾ ਕਿ ਇੱਕ ਬਹੁਤ ਹੀ ਆਲਾ ਕਿਸਮ ਦਾ ਪ੍ਰੋਗਰਾਮ ਜਿਹੜਾ ਉਹ ਤਰਤੀਬ ਦਿੱਤਾ ਗਿਆ ਔਰ ਮੈਂ ਸ਼ੁਕਰਗੁਜ਼ਾਰ ਹਾਂ ਆਪਣਾ ਸੈਕਟਰੀ ਸਾਹਿਬ ਦਾ ਵੀ ਔਰ ਨਾਲ ਡਾਇਰੈਕਟਰ ਸਾਹਿਬ ਦਾ ਵੀ ਔਰ ਇਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇੰਨਾ ਸੋਹਣਾ ਪ੍ਰੋਗਰਾਮ ਔਰਗਨਾਈਜ਼ ਕੀਤਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ, ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਸ ਵੇਲੇ ਲਾਈਵ ਦੇਖ ਰਹੇ ਹੋ। ਕੰਟੀਨਿਊ ਕਰਨੇ ਹਾਂ ਅਸੀਂ ਆਪਣੇ ਮੈਂਬਰਸ ਦੇ ਨਾਲ, ਜਿਸ ਤਰ੍ਹਾਂ ਕਿ ਤੁਹਾਨੂੰ ਗੱਲਾਂ ਬਾਤਾਂ ਸੁਣਾ ਰਹੇ ਹਾਂ, ਲੋਕਾਂ ਦਾ ਐਕਸਪੀਰੀਅੰਸ ਵੀ ਦੱਸ ਰਹੇ ਹਾਂ ਕਿ ਪੰਜਾਬ ਔਰ ਪੰਜਾਬ ਦੀ ਹਿਸਟਰੀ ਨੂੰ ਲੈ ਕੇ ਕੀ ਕੁਝ ਚੱਲ ਰਿਹਾ। ਆਓ ਚੱਲਦੇ ਹਾਂ ਅੱਗੇ। ਇਮਰਾਨ ਗੁਲ ਸਾਹਿਬ ਪਹੁੰਚੇ ਨੇ ਜੀ ਆਪਣਾ ਰਾਵਲਪਿੰਡੀ ਤੋਂ। ਜੀ ਇਮਰਾਨ ਗੁਲ, ਤੁਸੀਂ ਅੱਜ ਦੀ ਜਿਹੜੀ ਐਗਜ਼ਿਬਿਸ਼ਨ ਹੈ, ਖਾਸ ਕਿਹੜੀ ਚੀਜ਼ ਤੁਹਾਨੂੰ ਸਾਹਮਣੇ ਆਈ ਹੈ ਜਿਹੜੀ ਕਿ ਤੁਹਾਨੂੰ ਪਹਿਲੇ ਨਹੀਂ ਸੀ ਪਤਾ, ਖਾਸ ਕਰਕੇ ਪੰਜਾਬ ਦੀ ਹਿਸਟਰੀ ਦੇ ਵਿੱਚ? ਇਹਨੂੰ ਨੇ ਸਾਰਾ ਕੁਝ ਡਿਸਪਲੇ ਕੇ ਉੱਪਰ ਲਗਾ ਰਿਹਾ ਹੈ, ਦੈਟਸ ਵੈਰੀ ਨਾਈਸ, ਕਿਉਂਕਿ ਇਸਸੇ ਪਹਿਲੇ ਇਹ ਕਦੀ ਵੀ ਨਹੀਂ ਦੇਖਾ ਥਾ। ਮੈਂ ਤਾਂ ਲਾਈਫ ਮੇਂ ਫਸਟ ਟਾਈਮ ਇਸ ਤਰ੍ਹਾਂ ਸੇ ਡਾਕੂਮੈਂਟਸ ਦੇਖੇ ਹੈ, ਵਰਨਾ ਇਸਸੇ ਪਹਿਲੇ ਕਭੀ ਹਮ ਲੋਕ ਮਿਊਜ਼ੀਅਮਸ ਵਗੈਰਾ ਵੀ ਨਹੀਂ ਦੇਖਤੇ ਹੈ, ਲੇਕਿਨ ਜੋ ਕੁਝ ਯਹਾਂ ਪਰ ਹਮੇਂ ਨਜ਼ਰ ਆ ਰਿਹਾ ਦੈਟਸ ਵੈਰੀ ਡਿਫਰੈਂਟ। ਔਰ ਕਾਫੀ ਇਨਕੋ ਪੜ੍ਹ ਕੇ ਤਾਂ ਮੈਂ ਇੱਕ ਦੋ ਜੋ ਡਾਕੂਮੈਂਟਸ ਪੜ੍ਹੇ ਉਨਕੋ ਦੇਖ ਕੇ ਪਤਾ ਲੱਗ ਰਿਹਾ ਕਿ ਵਾਕਈ ਮੇਂ ਹਿਸਟਰੀ ਮੇਂ ਜੋ ਕੁਝ ਗੁਜ਼ਰਾ ਹੋ ਇਟਸ ਕਾਫੀ ਡਿਫਰੈਂਟ। ਅਬਕੇ ਹਮਾਰੇ ਨੌਲੇਜ ਮੇਂ ਹੀ ਵੋ ਚੀਜ਼ੇ ਨਹੀਂ ਜੋ ਯਹਾਂ ਪਰ ਹਮੇਂ ਅਭੀ ਨਜ਼ਰ ਆ ਰਹੀ ਹੈ। ਥੈਂਕ ਯੂ ਜੀ। ਇਮਰਾਨ ਗੁਲ ਸਪੈਸ਼ਲੀ ਇਸਲਾਮਾਬਾਦ ਤੋਂ ਪਹੁੰਚੇ ਨੇ ਜੀ, ਤਕਰੀਬਨ 5.5 ਘੰਟੇ ਦੀ ਵਨ ਸਾਈਡ ਡਰਾਈਵ ਕਰਕੇ ਸਿਰਫ ਜਲਿਆਂਵਾਲਾ ਬਾਗ ਦੀ ਜਿਹੜੀ ਐਗਜ਼ਿਬਿਸ਼ਨ ਹੈ ਉਹਨੂੰ ਲੈ ਕੇ ਪਹੁੰਚੇ ਸਨ ਇੱਥੇ ਜੀ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਟੀਮ ਮੈਂਬਰਸ ਦੇ ਵੀ ਔਰ ਆਰਕਾਈਵ ਡਿਪਾਰਟਮੈਂਟ ਦੇ ਵੀ, ਜਿਨ੍ਹਾਂ ਨੇ ਇੰਨੀ ਸੋਹਣੀ ਜਿਹੜੀ ਹੈ ਉਹ ਐਗਜ਼ਿਬਿਸ਼ਨ ਜਿਹੜੀ ਸੀ ਇੱਥੇ ਲਾਈ। ਠੀਕ ਹੈ ਜੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 ਔਕਲੈਂਡ ਨਿਊਜ਼ੀਲੈਂਡ ਤੋਂ। ਰੱਬ ਰਾਖਾ।